ਅਸਲਾਮ ਅਲੈਕਮ ਬੱਚੋ ਕਲਾਸ 6th ਸਬਜੈਕਟ ਸਾਇੰਸ ਅਸਤਾ ਚੈਪਟਰ ਹੈ ਬੱਚੋ ਵਾਟਰ ਔਰ ਅੱਜ ਅਸਤਾ ਟਾਪਿਕ ਹੈ ਬੱਚੋ ਬੈਕ ਟੂ ਦਾ ਓਸ਼ੀਅਨ ਸਭ ਤੋਂ ਪਹਿਲੇ ਤੁਸੀਂ ਪੈਰਾ ਜਿਹੜਾ ਇੱਥੋਂ ਕਿਨਕਾ ਇੱਥੇ ਤੋਣੀ ਪੈਰਾ ਪੂਰਾ ਪੜਸੋ ਔਰ ਇਸ ਤੇ ਜਿਹੜੇ ਮੁਸ਼ਕਲ ਲਫ਼ਜ਼ ਹਨ ਉਹਨਾਂ ਕੋ ਡਿਕਸ਼ਨਰੀ ਦੀ ਮਦਦ ਨਾਲ ਤੁਸੀਂ ਉਹਨਾਂ ਦੇ ਮਾਨੇ ਉਹਨਾਂ ਲਫ਼ਜ਼ਾਂ ਦੇ ਮਾਨੇ ਵੀ ਲਿਖ ਸੋ ਔਰ ਯਾਦ ਵੀ ਕਰ ਸੋ ਮੇਟੋ ਸੋ ਕੁ ਇਤਨਾ ਸਮਝ ਐ ਸਾਂ ਬੱਚੋ ਕਿ ਬੈਕ ਟੂ ਦਾ ਓਸ਼ੀਅਨ ਦਾ ਮਤਲਬ ਇਹ ਹੈ ਕਿ ਪਾਣੀ ਜਿਹੜਾ ਵਾਪਸ ਸਮੁੰਦਰਾਂ ਵਿੱਚ ਕਿਸ ਤਰ੍ਹਾਂ ਜਾਂਦਾ ਹੈ ਯਾਨੀ ਕਿ ਸਮੁੰਦਰ ਦੇ ਅੰਦਰ ਜਿਹੜਾ ਪਾਣੀ ਹੈ ਓਸ਼ੀਅਨਸ ਵਿੱਚ ਜਿਹੜਾ ਪਾਣੀ ਹੈ ਬੱਚੋ ਇਸਤੀ ਲੈਵਲ ਜਿਹੜੀ ਹੈ ਇਹ ਲਗਭਗ ਐਗਜ਼ੈਕਟਲੀ ਤਨ ਲੇਕਿਨ ਲਗਭਗ ਆਲਮੋਸਟ ਇਹ ਇਸਤੀ ਲੈਵਲ ਜਿਹੜੀ ਹੈ ਇਹ ਇੱਕ ਜੈਸੀ ਰਹਿੰਦੀ ਹੈ ਥੋੜਾ ਬਹੁਤ ਕਦੇ ਕਮ ਹੂਸੀ ਕਦੇ ਜ਼ਿਆਦਾ ਹੂਸੀ ਕਦੇ ਕਮ ਹੂਸੀ ਕਦੇ ਜ਼ਿਆਦਾ ਹੂਸੀ ਤੋ ਇਸ ਸਮੁੰਦਰ ਦਾ ਜਿਹੜਾ ਪਾਣੀ ਹੈ ਇਹ ਖਤਮ ਨਹੀਂ ਹੁੰਦਾ ਔਰ ਇਸ ਸਮੁੰਦਰ ਦਾ ਜਿਹੜਾ ਪਾਣੀ ਹੈ ਇਹ ਇਤਨਾ ਜ਼ਿਆਦਾ ਨਹੀਂ ਹੁੰਦਾ ਕਿ ਦੁਨੀਆ ਸਾਰੀ ਡੁੱਬ ਗੱਚਾ ਫਿਰ ਤੋ ਪੁੱਛੋ ਜਿਹੜਾ ਪਾਣੀ ਚਸ਼ਮਿਆਂ ਵਿੱਚੋਂ ਜਿਹੜਾ ਨਿਕਲਦਾ ਸੀ ਦਿਖਤਿਆਂ ਚਸ਼ਮਿਆਂ ਵਿੱਚੋਂ ਹਮੇਸ਼ਾ ਪਾਣੀ ਨਿਕਲਦਾ ਰਹਿੰਦਾ ਹੈ ਨਿਕਲਦਾ ਰਹਿੰਦਾ ਹੈ ਨਿਕਲਦਾ ਰਹਿੰਦਾ ਹੈ ਫਿਰ ਇਹ ਪਾਣੀ ਆਖਿਰ ਇਸਤੇਮਾਲ ਹੁੰਨੇ ਆ ਇੱਧਰ ਉੱਧਰ ਗਿਨੇ ਆ ਕਰਦੇ ਆ ਤੁਈ ਆਖਰ ਨਾਲੀਆਂ ਵਿੱਚ ਫਿਰਦਿਆਂ ਛੋਟਾ ਚਸ਼ਮਾ ਜਿਹੜਾ ਹੈ ਉਸ ਦਾ ਪਾਣੀ ਇਸਤੇਮਾਲ ਹੁੰਦਾ ਨਿੱਕ ਪਿਛੋ ਨਿਕਲਦਾ ਰਹਿੰਦਾ ਇਸਤੇਮਾਲ ਹੁੰਦਾ ਰਹਿੰਦਾ ਔਰ ਚਲਾ ਜਾਂਦਾ ਇਹ ਛੋਟੀ ਛੋਟੀ ਨਾਲੀਆਂ ਵਿੱਚ ਉਹਨਾਂ ਨਾਲੀਆਂ ਦੀ ਮਦਦ ਨਾਲ ਇਹ ਕਿਸੇ بڑے ਨਾਲੇ ਵਿੱਚ ਚਲਾ ਜਾਂਦਾ ਹੈ بڑے ਨਾਲੇ થી ਫਿਰ ਦਰਿਆ ਵਿੱਚ ਐਸੀ ਦਰਿਆ ਮਿਲਦੇਨ ਗਸ਼ਕਾ ਸਮੁੰਦਰ ਵਿੱਚ ਤੋ ਫਿਰ ਇਹ ਜਿਹੜਾ ਸਮੁੰਦਰ ਹੈ ਇਹ ਮੁੱਚ ਜ਼ਿਆਦਾ ਬਦਲਣਾ ਚਾਹੀਦਾ ਲੇਕਿਨ ਐਸਾ ਹੁੰਦਾ ਨਹੀਂ ਤੋ ਬੈਕ ਟੂ ਦਾ ਓਸ਼ੀਅਨ ਦਾ ਮਤਲਬ ਹੈ ਬੱਚੋ ਸਮੁੰਦਰ ਦੇ ਅੰਦਰ ਜਿਹੜਾ ਪਾਣੀ ਹੈ ਬੱਚੋ ਪਿਛਲਾ ਵਾਟਰ ਸਾਈਕਲ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਮੁੰਦਰ ਦਾ ਪਾਣੀ ਜਿਹੜਾ ਹੈ ਇਹ ਗਰਮੀ ਨਾਲ ਕੀ ਹੁੰਦਾ ਕਿ ਇਹ ਐਵੋਪਰੇਟ ਹੁੰਦਾ ਵਿੱਚੋਂ ਤਾਂ ਗਰਮੀ ਨਾਲ ਸਮੁੰਦਰ ਦਾ ਪਾਣੀ ਜਿਹੜਾ ਇਹ ਐਵੋਪਰੇਟ ਹੁੰਦਾ ਹੈ ਔਰ ਇਹ ਭਾਪ ਬਣ ਕੇ ਚਲਾ ਜਾਂਦਾ ਵਿੱਚੋਂ ਇਸ ਤੋਂ ਜ਼ਿਆਦਾ ਕਾਫੀ ਸਾਰਾ ਹਿੱਸਾ ਜਿਹੜਾ ਹੈ ਭਾਪ ਬਣ ਕੇ ਜਾਂਦਾ ਕਿਸ ਵਿੱਚ ਹਵਾ ਵਿੱਚ ਔਰ ਹਵਾ ਵਿੱਚ ਇਸ ਤੇ ਬੱਦਲ ਬਣਦੇ ਬੱਦਲ ਫਿਰ بارش ਬਣ ਕੇ बरसਦੇ ਇਸ ਜ਼ਮੀਨ ਉੱਤੇ ਤੋ ਜ਼ਮੀਨ ਉੱਤ ਦਾ ਜਿਹੜਾ ਇਹ ਪਾਣੀ ਹੈ ਜਾਂ ਜਿਹੜਾ ਬਾਕੀ ਚਸ਼ਮੇ ਹਨ ਇਹ ਚਸ਼ਮੇ ਜਾਂ ਬਾਕੀ ਜਿਹੜਾ ਪਾਣੀ ਦਰਿਆਾਂ ਦਾ ਨਦੀ ਨਾਲਿਆਂ ਦਾ ਸਾਰਾ ਪਾਣੀ ਕਿਸ ਵਿੱਚ ਜਾਂਦਾ ਹੈ ਫਿਰ ਕਿਸ ਵਿੱਚ ਇਸ ਸਮੁੰਦਰਾਂ ਵਿੱਚ ਸਮੁੰਦਰਾਂ ਵਿੱਚ ਸਮੁੰਦਰ ਜਿਹੜੇ ਹਨ ਸਮੁੰਦਰ ਫਿਰ ਦੁਬਾਰਾ ਇਹ ਗਰਮੀ ਦੀ وجہ ਨਾਲ ਐਵੇਪਰੇਟ ਹੋਨੇ ਨੇ ਉੱਤ ਇਸ ਦਾ ਪਾਣੀ ਹੁੰਦਾ ਹੈ ਔਰ ਉਹ ਫਿਰ ਦੁਬਾਰਾ ਬੱਦਲ ਵਿੱਚ ਕਨਵਰਟ ਹੋ ਗਏ ਨੇ ਵਾਟਰ ਵੈਪਰਸ ਦੀ ਸ਼ਕਲ ਵਿੱਚ ਇੰਗੀ ਬੱਦਲ ਬਣ ਸੀ ਔਰ ਬੱਦਲ ਫਿਰ ਬਰਸ ਕਾ ਤੋ ਇਸ ਤਰ੍ਹਾਂ ਵਾਟਰ ਸਾਈਕਲ ਦੇ ਅੰਦਰ ਵਾਟਰ ਸਾਈਕਲ ਦੇ ਅੰਦਰ ਪਾਣੀ ਜਿਹੜਾ ਇਹ ਬੈਕ ਟੂ ਦਾ ਓਸ਼ੀਅਨਸ ਚਲਾ ਜਾਂਦਾ ਹੈ ਔਰ ਓਸ਼ੀਅਨਸ ਦੀ ਲੈਵਲ ਹੈ ਜਿਹੜੀ ਇਹ ਲਗਭਗ ਸੇਮ ਰਹਿੰਦੀ ਹੈ ਬੱਚੋ ਤੋ ਇਹ ਸਭ ਚੋ ਅਜਸਤਾ ਟਾਪਿਕ ਬੈਕ ਟੂ ਦਾ ਓਸ਼ੀਅਨਸ ਤੋ ਇਸਤੇ ਇਸ ਚੈਪਟਰ ਇਸ ਟਾਪਿਕ ਕੋ ਤੁਸੀਂ ਇਥੋਂ ਕਿਨ ਕਿਸ ਪੈਰਾਗ੍ਰਾਫ ਕੋ ਪੂਰੇ ਕੋ ਥਾ ਪੜ੍ਹਸੋ ਵੀ ਇਸ ਕੋ ਆਪਣੀ ਕਾਪੀ ਤਾ ਨੋਟ ਵੀ ਕਰਸੋ ਇਸਤੇ ਮੁਸ਼ਕਿਲ ਲਫ਼ਜ਼ ਤੁਸੀਂ में डिक्शनरी की मदद नाल उसके माने भी सकते हो और अगर तुस तो को किसी कोई कमी लगी कोई क्वेश्चन होया बचो तो कोई प्रॉब्लम हो तो तुमको फोन करके भी पूछ सकते हो शुक्रिया वसलाम